ਗੁੱਡ ਈਵਨਿੰਗ ਗਾਇਸ ਤੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਕੁਝ ਦਿਨਾਂ ਤੋਂ ਸਾਡਾ ਕੋਈ ਸ਼ਾਰਟਸ ਨਹੀਂ ਪੈ ਰਿਹਾ ਕੋਈ ਵਲੌਗ ਨਹੀਂ ਪੈ ਰਿਹਾ ਕਿਉਂਕਿ ਮੈਂ ਵੀ ਨਹੀਂ ਕੁਝ ਦਿਨਾਂ ਤੋਂ ਠੀਕ ਸੀਗੀ ਤੇ ਕੱਲ੍ਹ ਤੋਂ ਸਭ ਨੀਂਦ ਵੀ ਨਹੀਂ ਠੀਕ ਸੀਗੀ ਉਹ ਅੱਜ ਵੀ ਨਹੀਂ ਠੀਕ ਹੈਗੇ ਤੇ ਮੈਂ ਉਹਨਾਂ ਨੂੰ ਕਹਿਣ ਦੀ ਸੀ ਅਜੇ ਸੰਡੇ ਆ ਕੋਈ ਵਲੌਗ ਬਣਾ ਲਓ ਕੋਈ ਸ਼ਾਰਟਸ ਬਣਾ ਲਓ ਪਰ ਉਹ ਕਹਿੰਦੇ ਮੈਂ ਠੀਕ ਨਹੀਂ ਹੈਗੀ ਤੇ ਮੈਂ ਕਿਹਾ ਚੱਲ ਮੈਂ ਥੋੜਾ ਜਿਹਾ ਬੋਲ ਕੇ ਮਤਲਬ ਥੋੜਾ ਜਿਹਾ ਹੀ ਬੋਲ ਤੇ ਆਪਾਂ ਜਿੱਦਾਂ ਕਿ ਵਲੌਗ ਲੈ ਕੇ ਮੈਂ ਕਿਹਾ ਚਲ ਥੋੜਾ ਜਿਹਾ ਬੋਲ ਕੇ ਦੱਸ ਦਿੰਨੇ ਆ ਵੀ ਆਪਾਂ ਹੁਣ ਨਵੇਂ ਤੋਂ ਨਵੇਂ ਵਲੌਗ ਲੈ ਕੇ ਆਵਾਂਗੇ ਕਿਨੀ ਤਰੀਕ ਤੋਂ 6 ਤਰੀਕ ਤੋਂ 6 ਤਰੀਕ ਤੋਂ ਨਵੇਂ ਤੋਂ ਨਵੇਂ ਵਲੌਗ ਸ਼ਾਰਟਸ ਦੋਨਾਂ ਚੋਂ ਇੱਕ ਦੋਨੋਂ ਲੈ ਕੇ ਆਇਆ ਕਰਾਂਗੇ ਤੇ ਭੂਆ ਵੀ ਠੀਕ ਨਹੀਂ ਹੈਗੇ ਇਹ ਤਾਂ ਸਵੇਰ ਦੇ ਉੱਠੇ ਨਹੀਂ ਦੇ ਇਹਨਾਂ ਨੂੰ ਮੈਂ ਕਿਹਾ ਗੁਰਦੁਆਰੇ ਚੱਲੀਏ ਨਾ ਇਹ ਗੁਰਦੁਆਰੇ ਜਾਂਦੇ ਨਾ ਕਿਤੇ ਜਾਂਦੇ ਆ ਘਰ ਹੀ ਬੈਠੇ ਰਹੋ ਤਿਆਰ ਹੋ ਕੇ ਬੈਗੇ ਆ ਘਰ ਪਰ ਉਹਨਾਂ ਨੇ ਕਿਤੇ ਨਹੀਂ ਜਾਣਾ ਗਾਈਜ਼ ਜਿਸੀਗਾ ਸਾਡਾ ਛੋਟਾ ਜਿਹਾ ਵਲੌਗ ਜਿਹੜਾ ਮਤਲਬ ਤੁਹਾਨੂੰ ਦੱਸਣ ਵਾਸਤੇ ਸੀਗਾ ਤੇ ਹੁਣ ਆਪਾਂ ਛੇ ਤੋਂ ਬਾਅਦ ਜਿਹੜਾ ਇਹ ਵਲੌਗ ਜਾਂ ਸ਼ੋਰਟਸ ਤੁਹਾਨੂੰ ਰੋਜ਼ ਅਪਲੋਡ ਕਰਕੇ ਦਿਖਾਇਆ ਕਰਾਂਗੇ ਆਪਾਂ ਕਿੱਥੇ ਕਿੱਥੇ ਜਾਂਦੇ ਆ ਤੁਹਾਨੂੰ ਰੋਜ਼ ਹੀ ਦਿਖਾਇਆ ਕਰਾਂਗੇ ਇਸ ਕਰਕੇ ਸਾਡੀ ਵੀਡੀਓ ਦੀ ਵੇਟ ਕਰਨਾ ਤੇ ਸਾਡੀ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦੇਣ ਲਈ ਸਭ ਦਾ ਧੰਨਵਾਦ ਤੇ ਇਦਾਂ ਹੀ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹਿਣਾ ਤੇ ਸਪੋਰਟ ਕਰਦੇ ਰਹਿਣਾ ਥੈਂਕ ਯੂ ਬਾਏ